ਹਾਂ ਜੀ, ਅੱਜ ਬੁਲਾਡੇ ਮੰਡੀ ਦੇ ਵਿੱਚ ਜੋ ਬਹੁਤ ਵੱਡਾ ਹਜੂਮ ਬੁਲਾਡੇ ਦਾ ਦਰਦ ਲੈ ਕੇ ਜੋ ਪਹੁੰਚੇ ਨੇ ਅਣਥੱਕ ਜੁਝਾਰੂ ਸ਼ਹਿਰ ਵਾਲਿਆਂ ਨੂੰ ਮੈਂ ਵਧਾਈ ਦਿੰਦਾ ਹਾਂ। ਅਤੇ ਇਹ ਧਰਨਾ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਕੈਬਨਿਟ ਦੇ ਵਿੱਚੋਂ ਜਾਂ ਨਵਜੋਤ ਸਿੱਧੂ ਜੀ ਜਾਂ ਸੰਗਰੂਰ ਤੋਂ ਵਿਜੇਇੰਦਰ ਸਿੰਗਲਾ ਜੀ ਆ ਕੇ ਸਾਡੇ ਬੁਲਾਡੇ ਦੀਆਂ ਗਲੀਆਂ ਨਾਲੀਆਂ ਸੜਕਾਂ ਦਾ ਪੱਕੇ ਤੌਰ 'ਤੇ ਹੱਲ ਨਹੀਂ ਕਰਦੇ ਅਤੇ ਸਾਡਾ ਏਕਾ ਜ਼ਿੰਦਾਬਾਦ ਰਹੂਗਾ। ਅਤੇ ਅਸੀਂ ਕਿਸੇ ਵੀ ਦੀਆਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਹੈਗੇ, ਚਾਹੇ ਸਾਡੀਆਂ ਜਾਨਾਂ ਹੀ ਕਿਉਂ ਨਾ ਚਲੇ ਜਾਣ, ਸਾਡਾ ਏਕਾ ਜਿੰਦਾ। ਤੁਸੀਂ ਇੱਕ ਮਰਨ ਵਰਤ ਤੇ ਬੈਠੇ ਹੋ ਜਾਂ ਇੱਕ ਦਿਨ ਦੀ ਭੁੱਖ ਹੜਤਾਲ ਹੈਗੀ? ਨਹੀਂ ਜੀ, ਮਰਨ ਵਰਤ ਤੇ ਬੈਠਿਆ ਜਾਵਾਂ। ਮੇਰਾ ਨਾਂ ਟਿੰਕੂ ਮਦਾਨ ਹੈ, ਮੈਂ ਬੁਲਾਡੇ ਦਾ ਸਮਾਜ ਸੇਵਕ ਇਨਸਾਨ ਹਾਂ, ਹਰ ਇੱਕ ਬੰਦਾ ਮੈਨੂੰ ਜਾਣਦਾ। ਜਦੋਂ ਤੱਕ ਇਹ ਮਸਲਾ ਹੱਲ ਨਹੀਂ ਹੁੰਦਾ ਮੈਂ ਮਰਨ ਵਰਤ ਤੇ ਬੈਠਾ ਰਹੂੰਗਾ, ਬਿਲਕੁਲ ਮੇਰਾ ਐਲਾਨ ਹੈ। ਅਸੀਂ ਜੀ ਮਰਨ ਵਰਤ ਤੇ ਬੈਠੇ ਹਾਂ ਜਦੋਂ ਤੱਕ ਸਾਡੇ ਬੁਲਾਡੇ ਦਾ, ਬੁਲਾਡੇ ਦੀਆਂ ਸੜਕਾਂ ਦਾ, ਬੁਲਾਡੇ ਦੀਆਂ ਗਲੀਆਂ ਦਾ, ਬੁਲਾਡੇ ਦੀਆਂ ਨਾਲੀਆਂ ਦਾ ਹੱਲ ਨਹੀਂ ਹੋ ਜਾਂਦਾ, ਜਦੋਂ ਤੱਕ ਕਾਂਗਰਸ ਦੀ ਮੁੱਢਲੀ ਲੀਡਰਸ਼ਿਪ ਮਾਨਯੋਗ ਮੁੱਖ ਮੰਤਰੀ ਸਾਹਿਬ ਜਾਂ ਉਹਨਾਂ ਦਾ ਕੋਈ ਸਟੇਟ ਪੰਜਾਬ ਦਾ ਮੁੱਖ ਮੰਤਰੀ ਨਵਜੋਤ ਸਿੰਘ ਸਿੱਧੂ ਜਾਂ ਵਿਜੇਂਦਰ ਸਿੰਗਲਾ ਜੀ ਆ ਕੇ ਸਾਨੂੰ ਚੈੱਕ ਨਹੀਂ ਕੱਟ ਕੇ ਦਿੰਦੇ ਕਿ ਬੁਲਾਡੇ ਦਾ ਵਿਕਾਸ ਅਸੀਂ ਚਾਲੂ ਕਰਤਾ, ਬੁਲਾਡੇ ਦਾ ਸਾਰਾ ਕੰਮ ਚਾਲੂ ਕਰਤਾ, ਉਦੋਂ ਤੱਕ ਅਸੀਂ ਮਰਨ ਵਰਤ ਤੋਂ ਨਹੀਂ ਉੱਠਾਂਗੇ ਅਤੇ ਪਾਣੀ ਦੀ ਬੂੰਦ ਤੱਕ ਵੀ ਆਪਣੇ ਅੰਦਰ ਹੈ ਜਿਹੜੀ ਉਹ ਨਹੀਂ ਟਪਾਵਾਂਗੇ। ਸੋ ਇੱਕ ਸ਼ਹਿਰ ਦੀ ਕੀ ਸਥਿਤੀ ਹੈ, ਸ਼ਹਿਰ ਜਿਹੜਾ ਹੈਗਾ ਕਿੰਨਾ ਚਿਰ ਬੰਦ ਰੱਖਣ ਦੇ ਹੈਗੇ ਤੁਹਾਡੇ ਪਲਾਨ? ਇਹ ਜੀ ਅਣਮਿੱਥੇ ਸਮੇਂ ਦਾ, ਇਹ ਨਹੀਂ ਪਤਾ ਜਿੱਦਣ ਸਾਡੇ ਆ ਕੇ ਕਾਂਗਰਸ ਦੀ ਮੁੱਢਲੀ ਲੀਡਰਸ਼ਿਪ ਆ ਕੇ ਸਾਡੇ ਮਸਲੇ ਹੱਲ ਕਰ ਦੂਗੀ ਤਾਂ ਉਸ ਤੋਂ ਬਾਅਦ ਉਹ ਸਾਨੂੰ ਜਿਹੜਾ ਹੈਗਾ ਆਪਣੇ ਭਰੋਸੇ 'ਚ ਲਊਗੀ ਤਾਂ ਹੋ ਸਕਦਾ ਕਿ ਬੁਲਾਡਾ ਜਿਹੜਾ ਖੁੱਲ੍ਹ ਜੇ, ਨਹੀਂ ਤਾਂ ਬੁਲਾਡਾ ਅਣਮਿੱਥੇ ਸਮੇਂ ਲਈ ਬੰਦ ਰਹੂਗਾ। ਜਿਹੜਾ ਇਹ ਅੱਜ ਧਰਨਾ ਲੱਗਿਆ ਹੈ, ਇਹ ਸ਼ਹਿਰ ਵਾਸੀ ਕੁਛ ਕੁ ਜਿਹੜੀਆਂ ਸਾਡੇ ਸ਼ਹਿਰ ਨੂੰ ਸੜਕਾਂ ਜੋੜਦੀਆਂ ਨੇ ਉਹਨਾਂ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੋ ਚੁੱਕੀ ਸੀ, ਉਸ ਤੋਂ ਦੁਖੀ ਹੋ ਕੇ ਲੋਕਾਂ ਨੇ ਧਰਨਾ ਲਾਇਆ। ਪਰ ਇਹ ਮੇਰੇ ਖਿਲਾਫ਼ ਨਹੀਂ ਕਿਹਾ ਜਾ ਸਕਦਾ, ਨਗਰ ਕੌਂਸਲ ਦੇ ਖਿਲਾਫ਼ ਨਹੀਂ ਕਿਹਾ ਜਾ ਸਕਦਾ, ਕਿਉਂਕਿ ਉਹ ਜਿਹੜੀ ਸੜਕ ਹੈ ਮੇਨ ਉਹ B&R ਦੀ ਹੈ, ਉਹਦਾ ਜਿਹੜੀ ਦੇਖ ਰੇਖ ਕਰਨੀ ਹੈ B&R ਨੇ ਕਰਨੀ ਹੈ। ਜਿਹੜੀ ਦੂਸਰੀ ਸੜਕ ਹੈ ਕਾਲਜ ਰੋਡ, ਉਹਦੀ ਦੇਖ ਰੇਖ ਜਿਹੜੀ ਕਰਨੀ ਹੈ ਹੁਣ ਸੀਵਰੇਜ ਬੋਰਡ ਨੇ ਕਰਨੀ ਹੈ। ਇੱਕ ਸੀਵਰੇਜ ਬੋਰਡ ਦਾ ਪ੍ਰੋਜੈਕਟ ਚੱਲ ਰਿਹਾ ਜਿਹੜਾ ਸੀਵਰੇਜ ਬੋਰਡ ਦੇ ਐਕਸ਼ਨ ਦੇ ਦੇਖ ਰੇਖ ਚੱਲਦਾ। ਨਗਰ ਕੌਂਸਲ ਦੇ ਵਿੱਚ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਅਸੀਂ ਕੰਮ ਕੀਤਾ ਕਿ 77 ਸੜਕਾਂ ਬਣੀਆਂ ਗਲੀਆਂ ਨਾਲ, ਜਿਸ ਦੇ ਵਿੱਚੋਂ ਕਈ ਗਲੀਆਂ ਐਸੀਆਂ ਸੀ ਵੀ ਪਿਛਲੇ 25-30 ਸਾਲਾਂ ਤੋਂ ਨਹੀਂ ਬਣੀਆਂ ਸੀ, ਜਿਵੇਂ ਗੋਲ ਚੱਕਰ ਹੋਇਆ, ਚੌੜੀ ਗਲੀ ਹੋਈ, ਉਹਦੇ ਅਸੀਂ 65 ਲੱਖ ਰੁਪਏ ਖਰਚ ਕੀਤਾ, ਠੀਕ ਹੈ। ਐਸੇ ਚਾਦਰ ਸਿੰਘ ਵਾਲਾ ਰੋਡ ਹੋਇਆ, ਜਿਹੜਾ ਬਹੁਤ ਗੁਰੀ ਪ੍ਰੋਜੈਕਟ ਹੈਗਾ ਉਹ ਕਿੱਥੇ ਤੱਕ ਸੀਮਤ ਹੈ? ਹੁਣ ਬਹੁਤ ਗੁਰੀ ਪ੍ਰੋਜੈਕਟ ਜਿਹੜਾ ਹੈਗਾ ਉਹ ਬਹੁਤ ਵੱਡਾ ਪ੍ਰੋਜੈਕਟ ਹੈ ਕਿ 32 ਕਿਲੋਮੀਟਰ ਦਾ ਸੀਵਰੇਜ ਅਤੇ ਵਾਟਰ ਸਪਲਾਈ ਅਸੀਂ ਪਾ ਕੇ ਦੇਣੀ ਹੈ। ਉਸ ਤੋਂ ਬਾਅਦ ਉਹਦੇ 'ਤੇ ਗੜੀਆਂ ਦੇ ਵਿੱਚ ਇੰਟਰਲੋਕ, ਸੜਕਾਂ ਦੇ ਉੱਤੇ PC ਪਾਉਣੀ ਹੈ, ਜਿਸ ਦੇ ਵਿੱਚੋਂ 40 ਤੋਂ 50 ਗਲੀਆਂ ਕੰਪਲੀਟ ਹੋ ਚੁੱਕੀਆਂ ਨੇ, ਜਿਨ੍ਹਾਂ ਦੇ ਵਿੱਚ ਸੀਵਰੇਜ, ਵਾਟਰ ਸਪਲਾਈ, ਫਿਰ ਹਾਊਸ ਕਨੈਕਸ਼ਨ ਤੱਕ ਲੋਕਾਂ ਨੂੰ ਦਿੱਤੇ ਗਏ। ਉਸ ਤੋਂ ਬਾਅਦ ਉਹਦੇ ਇੰਟਰਲੋਕ ਬਣ ਕੇ ਤਿਆਰ ਨੇ 40 ਤੋਂ 50 ਗਲੀਆਂ ਜੋ ਅਸੀਂ ਹੁਣ ਤੱਕ ਲੋਕਾਂ ਨੂੰ ਸਮਾਪਤ ਕਰ ਚੁੱਕੇ ਹਾਂ। ਜੋ ਪ੍ਰੋਜੈਕਟ ਅਧੂਰਾ ਰਹਿ ਗਿਆ ਉਹਨੂੰ ਪੂਰਾ ਕਰਾਉਣ ਲਈ ਮਾਨਯੋਗ DC ਸਾਹਿਬ ਨਾਲ, SDM ਸਾਹਿਬ ਨਾਲ ਵਾਰ ਵਾਰ ਉਹਨਾਂ ਅਧਿਕਾਰੀਆਂ ਨੂੰ, ਸੀਵਰੇਜ ਦੇ ਬੋਰਡ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਇਹ ਕਿਹਾ ਜਾ ਰਿਹਾ ਵੀ ਸ਼ਹਿਰ ਵਾਸੀਆਂ ਨੂੰ ਜੋ ਦਿੱਕਤ ਆ ਰਹੀਆਂ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ ਦੂਰ ਕਰਿਆ ਜਾਵੇ। ਸ਼ਹਿਰ ਵਾਸੀਆਂ ਦੀ ਸੇਵਾ ਜਿੰਨਾ ਹਾਜ਼ਰ ਆ।